ਨਾਲ ਰੇਪ ਐਂਡ ਮਰਡਰ ਹੋਇਆ ਉਹਦੇ ਪ੍ਰੋਟੈਸਟ ਵਿੱਚ ਸਾਰੇ IMA ਦੀ ਕਾਲ 'ਤੇ ਬਟਾਲੇ ਦੇ ਸਾਰੇ IMA ਦੇ ਡਾਕਟਰਸ ਇਕੱਠੇ ਹੋਏ ਹਾਂ ਔਰ ਸਾਡੀ ਮਾਰਚ ਚੱਲ ਰਹੀ ਹੈ। ਅਸੀਂ ਸੁਸਾਇਟੀ ਨੂੰ ਅਵੇਅਰ ਕਰ ਰਹੇ ਹਾਂ ਕਿ ਜੇ ਸਾਡੀਆਂ OPDs ਅੱਜ ਬੰਦ ਹੈ ਤਾਂ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ, ਅਤੇ ਜਿਹੜੀਆਂ OPDs ਬੰਦ ਹੈ ਉਹ ਸਾਡੀ ਪ੍ਰੋਟੈਸਟ ਹੈ ਕਿ ਉਹ ਜਿਹੜੇ ਰੇਪਿਸਟ ਹੈ ਉਹ ਪਕੜੇ ਜਾਣ ਔਰ ਉਹਨਾਂ 'ਤੇ ਕੋਈ ਕਾਰਵਾਈ ਕੀਤੀ ਜਾਵੇ। ਲੇਡੀਜ਼ ਬਹੁਤ ਅਨਸਕਿਓਰ ਫੀਲ ਕਰਦੇ ਆ, ਦਿਸ ਇਜ਼ ਮਰਡਰ ਐਂਡ ਰੇਪ, ਪਰ ਅਦਰਵਾਈਜ਼ ਮੈਨ ਹੈਂਡਲਡ ਲੇਡੀਜ਼ ਇਨ ਕੋਈ ਵੀ, ਮੇਰਾ ਖਿਆਲ ਆ ਪੇਸ਼ੈਂਟ ਦਾ ਰੈਲੇਟਿਵ ਆ ਕੇ ਉੱਚਾ ਵੀ ਬੋਲੇਗਾ ਨਾ ਉਹ ਡਰ ਜਾਂਦੀਆਂ ਨੇ। ਅਸੀਂ ਚਾਹੁੰਦੇ ਹਾਂ ਇਹ ਚੀਜ਼ ਨੂੰ ਐਲੀਮੀਨੇਟ ਕੀਤਾ ਜਾਏ, ਵੀ ਸ਼ੁੱਡ ਫੀਲ ਸਿਕਿਓਰ ਕਿ ਅਸੀਂ ਸਿਕਿਓਰਟੀ ਫੀਲ ਕਰੀਏ ਅਤੇ ਆਰਾਮ ਨਾਲ ਅਸੀਂ ਕੰਮ ਕਰ ਸਕੀਏ। ਲੱਗਦਾ ਕਿ ਜਦੋਂ ਅਜਿਹੀ ਘਟਨਾਵਾਂ ਹੁੰਦੀਆਂ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਸਮਾਜ ਵਿਰੋਧੀ ਅਨਸਰ ਨੇ ਉਹ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੰਦੇ, ਅਤੇ ਕਿਉਂ ਲੱਗਦਾ ਕਿ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਜਾਂ ਉਹਨਾਂ 'ਤੇ ਕਾਰਵਾਈ ਨਹੀਂ ਹੋ ਰਹੀ? ਇਹ ਤਾਂ ਦੇਖੋ ਜੀ, ਸਾਹਮਣੇ ਪ੍ਰਤੱਖ ਹੀ ਹੈ ਵੀ ਸਭ ਕੁਛ ਹੋਣ ਦੇ ਬਾਵਜੂਦ ਵੀ ਬੰਦੇ ਫੜੇ ਨਹੀਂ ਜਾਂਦੇ ਜਾਂ ਉਹਨਾਂ ਦਾ ਪ੍ਰੋਸੈਸ ਡਿਲੇਅ ਹੋ ਜਾਂਦਾ, ਉਹਨਾਂ ਦੀ ਮਤਲਬ ਇਨੀਸ਼ੀਅਲ FIR ਦੇ ਕਈ ਵਾਰੀ ਬੜੀ ਦੇਰ ਹੋ ਜਾਂਦੀ ਆ। ਅਸੀਂ ਚਾਹੁੰਦੇ ਵੀ ਜਲਦੀ ਤੋਂ ਜਲਦੀ ਇਹਨੂੰ ਇਨ ਪ੍ਰੋਸੈਸ ਲਿਆਂਦਾ ਜਾਏ, ਅਤੇ ਲੇਡੀ ਡਾਕਟਰ ਨੂੰ ਖਾਸ ਤੌਰ 'ਤੇ ਸਾਰੀ ਡਾਕਟਰ ਬਰਾਦਰੀ ਨੂੰ ਪੂਰੀ ਪ੍ਰੋਟੈਕਸ਼ਨ ਪੂਰੀ ਸੁਰੱਖਿਆ ਦਿੱਤੀ ਜਾਵੇ। ਥੈਂਕ ਯੂ। ਆਈ ਐਮ ਏ ਬਟਾਲਾ, ਅੱਜ ਅਸੀਂ ਗਾਂਧੀ ਚੌਂਕ ਤੋਂ ਲੈ ਕੇ ਹਸਰੀ ਦੇ ਪੁੱਲ ਤੱਕ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇਹ ਪ੍ਰੋਟੈਸਟ ਕੀਤਾ। ਦੇਖੋ ਜਦੋਂ ਡਿਊਟੀ ਦੇ ਰਿਹਾ ਡਾਕਟਰ ਆਪਣੇ ਘਰ ਬਾਹਰ ਛੱਡ ਕੇ, ਅਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਕਿਸਮ ਦਾ ਪੁਲਿਸ ਦੀ ਤੈਨਾਤੀ ਜਾਂ ਪੁਲਿਸ ਚੌਂਕੀ ਜਾਂ ਪੁਲਿਸ ਪੋਸਟ ਹੋਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੀ ਜਿਹੜੀ ਅਨਸੁਭਾਵਿਕ ਘਟਨਾ ਜਿਹੜੀ ਉਹ ਤੋਂ ਰੋਕਿਆ ਜਾ ਸਕੇ। ਡਾਕਟਰ ਲਖਵੀਰ ਸਿੰਘ ਭਗਵਾਲੀਆ, ਅੱਜ ਜਿਹੜਾ ਅੱਜ ਸਾਡੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ IMA ਵੱਲੋਂ, ਤਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਰੋਸ ਮਾਰਚ ਕੀਤਾ ਅੱਜ, ਜਿਹਦੇ ਵਿੱਚ ਅਸੀਂ ਉਹ RG ਮੈਡੀਕਲ ਕਾਲਜ 'ਚ ਜਿਹੜੀ ਲੇਡੀ ਡਾਕਟਰ ਨਾਈਟ ਡਿਊਟੀ ਦੇ ਉੱਪਰ ਕੰਮ ਕਰ ਰਹੀ ਸੀ ਉਹਦਾ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਗਈ ਬੜੀ ਬੇਰਹਿਮੀ ਦੇ ਨਾਲ, ਅਤੇ ਇਸ ਸੰਬੰਧ ਦੇ ਵਿੱਚ ਤਾਂ ਕਿ ਡਾਕਟਰਾਂ ਨੂੰ ਅਤੇ ਖਾਸ ਕਰਕੇ ਲੇਡੀ ਡਾਕਟਰਾਂ ਦੀ ਜਿਹੜੀ ਸੁਰੱਖਿਆ ਵਾ ਉਹ ਸਰਕਾਰ ਖਾਸ ਧਿਆਨ ਦੇਵੇ, ਅਤੇ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਕਿਉਂਕਿ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਡਾਕਟਰ ਕਰ ਰਹੇ ਸੀ ਹੜਤਾਲ ਜਾਂ ਰੈਲੀ ਕਰ ਰਹੇ ਸੀ ਉਹਨਾਂ 'ਤੇ ਵੀ ਬਹੁਤ ਤਸ਼ੱਦਦ ਹੋਇਆ। ਉੱਥੇ ਗੁੰਡਾਗਰਦ ਇਕੱਠੇ ਹੋ ਕੇ ਗੁੰਡਾ ਅਨਸਰ, ਅਤੇ ਉਹਨਾਂ ਨੇ ਉਹਨਾਂ 'ਤੇ ਅਟੈਕ ਕਰਤਾ, ਉਹਨਾਂ ਨੇ ਦੌੜ ਦੌੜ ਕੇ ਆਪਣੀਆਂ ਜਾਨਾਂ ਬਚਾਈਆਂ। ਤਾਂ ਸੋ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਸਰਕਾਰ ਉੱਥੋਂ ਦੀ ਜਿਹੜੀ ਹੈ ਉਹਦਾ ਹੱਥ ਹੈ ਇਹਦੇ ਵਿੱਚ, ਵੈਸਟ ਬੰਗਾਲ ਦੀ ਸਰਕਾਰ ਦਾ, ਅਤੇ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਬਲਿਕ ਦੇ ਵਿੱਚ ਕਰਕੇ, ਭਾਵੇਂ ਕਿ ਜਿਹੜੀਆਂ ਸੰਸਥਾਵਾਂ ਹੈਗੀਆਂ ਹਿਊਮਨ ਰਾਈਟਸ ਉਹਨਾਂ ਕੋਲ ਥੋੜ੍ਹੀ ਬਹੁਤ ਢਿੱਲ ਲੈ ਕੇ, ਅਤੇ ਉਹਨਾਂ ਨੂੰ ਪਬਲਿਕਲੀ ਜਿਹੜਾ ਵਾ ਪਨਿਸ਼ਮੈਂਟ ਦਿੱਤੀ ਜਾਏ ਸਖ਼ਤ ਤੋਂ ਸਖ਼ਤ, ਤਾਂ ਕਿ ਹੋਰ ਲੋਕਾਂ ਨੂੰ ਇਹ ਸਬਕ ਮਿਲ ਸਕੇ। ਥੈਂਕ ਯੂ।